ਕਮਤਾ ਜੀ ਇੱਕ ਪਾਸੇ ਮਨੋਰਾਲ ਖੱਟਰ ਕੱਲ ਚੰਡੀਗੜ੍ਹ ਚ ਪੰਜਾਬ ਹਰਿਆਣਾ ਦੀ ਰਾਜਸਤਾਨੀਆਂ ਪੰਜਾਬ ਜਿਹੜਾ ਚੰਡੀਗੜ੍ਹ ਦਾ ਪ੍ਰੈਸ ਕਲੱਬ ਹੈ ਉਹਦੇ ਵਿੱਚ ਆ ਕੇ মিডিਆ ਸਾਹਮਣੇ ਕਹਿੰਦੇ ਨੇ ਕਿ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਜੇਕਰ ਉਹ ਸਾਡੇ ਸਰਕਾਰੀ ਕੰਮਾਂ 'ਚ ਦਖਲ ਦੇਣਗੇ ਤਾਂ ਅਸੀਂ ਬਖਸ਼ ਨਹੀਂ ਸਰਕਾਰ ਜਿਹੜਾ ਲੋਕਾਂ ਦੀ ਨਿੱਜਤਾ 'ਚ ਦਖਲ ਦੇ ਰਹੀ ਹੈ ਸਰਕਾਰ ਜਿਹੜਾ ਲੋਕਾਂ ਨੂੰ ਬਿਨਾਂ ਪੁੱਛੇ ਉਹਨਾਂ ਦੇ ਖਿਲਾਫ ਫੈਸਲੇ ਲੈ ਰਹੀ ਆ ਉਹਦਾ ਜਵਾਬ ਕੌਣ ਦੇਗਾ ਸੋ ਦਖਲੰਦਾ ਜੀ ਨਹੀਂ ਤੁਸੀਂ ਕਿਸਾਨਾਂ ਦੇ ਜੀਵਨ ਦੇ ਵਿੱਚ ਖਲਲ ਪਾਇਆ ਕਿਸਾਨ ਪਿਛਲੇ 11 12 ਮਹੀਨਿਆਂ ਤੋਂ ਮਤਲਬ ਕਿ ਨੀਂਦ ਨਹੀਂ ਲੈ ਪਾਰੇ ਪੂਰੀ ਸੁੱਖ ਦੀ ਨੀਂਦ ਨਹੀਂ ਲਊ ਪਾਰੇ ਟੱਬਰਾਂ ਨੂੰ ਆਪਣਾ ਫਿਕਰ ਕਿਸਾਨਾਂ ਨੂੰ ਆਪਣਾ ਫਿਕਰ ਬੱਚਿਆਂ ਨੂੰ ਆਪਣੇ ਭਵਿੱਖ ਦਾ ਫਿਕਰ ਉਹਦੇ ਉਹਦੇ ਲਈ ਜਵਾਬਦੇਹੀ ਕਿਉਂ ਨਹੀਂ ਗਈ ਕੱਲ ਚੰਡੀਗੜ੍ਹ ਦੇ ਵਿੱਚ ਮਨੋਹਰ لال ਖੱਟਰ ਨੇ ਆਉਣਾ ਸੀ ਚੰਡੀਗੜ੍ਹ ਪੁਲਿਸ ਨੇ 17 ਨਾਕੇ ਲਾਏ 27 ਸੈਕਟਰ ਦੇ ਆਲੇ-ਦੁਆਲੇ 27 ਸੈਕਟਰ ਕਿਸਾਨਾਂ ਨਾ ਪਹੁੰਚਣ ਕਿਸਾਨਾਂ ਨੂੰ ਰੋਕਿਆ ਕਿਥੇ 20 ਸੈਕਟਰ ਵਾਲੀ ਜਾ ਮਰਜੀ ਦੇ ਨੇੜੇ ਜਾ ਕੇ ਮਰਜ਼ੀ ਦੇ ਗਰਾਊਂਡ ਦੇ ਨੇੜੇ ਉੱਥੇ ਤੱਕ ਤੇ ਤਿਆਰੀ ਐਨੀ ਸੀ ਕਿ ਜਿਵੇਂ ਪਤਾ ਨਹੀਂ ਕਿਸੇ ਵਿਦੇਸ਼ੀ ਨੇ ਹਮਲਾ ਕਰਨਾ ਹੋਵੇ ਇਹ ਭਾਰਤ ਦੇ ਹੀ ਨਾਗਰਿਕ ਨੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਤੁਸੀਂ ਚਾਹੇ ਕਰਨਾਲ ਵਾਲੀ ਘਟਨਾ ਦੇਖ ਲਓ ਚਾਹੇ ਇੱਥੇ ਵਾਲੀ ਘਟਨਾ ਦੇਖ ਲਓ ਜਿਸ ਢੰਗ ਦਾ ਪੁਲਿਸ ਦਾ ਵਰਤਾਰਾ ਹੈ ਉਸ ਤੋਂ ਸਮਝ ਆਉਂਦੀ ਹੈ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਤੁਸੀਂ ਈਵੇਂ ਡੀਲ ਕਰ ਰਹੇ ਹੋ ਜਿਵੇਂ ਦੁਸ਼ਮਣ ਦੀ ਫੌਜ ਹੋਵੇ ਤੇ ਤੁਸੀਂ ਕੱਲ ਕਿਸਾਨਾਂ ਦੀਆਂ ਦੋ ਬੀਬੀਆਂ ਉੱਥੇ ਪਹੁੰਚ ਵੀ ਗਈਆਂ ਸੀ ਗੇਟ ਦੇ ਨੇੜੇ ਤੱਕ ਉਹਨਾਂ ਦੇ ਹੱਥ 'ਚ ਕੋਈ ਹਥਿਆਰ ਨਹੀਂ ਕੋਈ ਕੁਝ ਨਹੀਂ ਕਾਲੀਆਂ ਝੰਡੀਆਂ ਸੀ ਤੇ ਉਹਨਾਂ ਨੂੰ ਥਾਣੇ ਲੈ ਕੇ ਗਏ ਜਮਾਨਤਾ ਕਰਾਜੀ ਪੁੱਛਗਿੱਛ ਕਰਜੀ ਐਡਰੈਸ ਪਤੇ ਲੈ ਜੀ ਫਿਰ ਜਾ ਕੇ ਛੱਡਿਆ ਇੱਥੋਂ ਤੱਕ ਕੌਮਤਾ ਜੀ ਕੱਲ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਦੇ ਮੈਂਬਰਾਂ ਨੂੰ ਜਾਣ ਤੋਂ ਰੋਕਿਆ ਪੁਲਿਸ ਨੇ ਬਿਲਕੁਲ ਪੰਜਾਬ ਦੇ মিডিਆ ਨੂੰ ਜਾਣ ਤੋਂ ਰੋਕਿਆ ਕਹਿੰਦੇ ਜੀ ਹਰਿਆਣੇ ਵਾਲੇ মিডিਆ ਦਾ ਕਾਰਡ ਹੈਗਾ ਤਾਂ ਆਜੋ ਜੀ ਇਹ ਹਰਿਆਣੇ ਦੀ ਸਰਕਾਰ ਦਾ ਫੰਕਸ਼ਨ ਨਹੀਂ ਸੀ ਇਹ ਪੰਜਾਬ ਚੰਡੀਗੜ੍ਹ ਦੇ ਪ੍ਰੈਸ ਕਲੱਬ ਦਾ ਸਾਂਝਾ ਫੰਕਸ਼ਨ ਸੀ ਜਿਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦਾ মিডিਆ ਜਾ ਸਕਦਾ ਸੋ ਉੱਥੇ ਜਾਣ ਤੋਂ ਆਈ ਕਾਰਡ ਚੈੱਕ ਕਰਾਓ ਜੀ ਪ੍ਰੈਸ ਕਲ ਉਹਦੇ ਬਾਅਦ ਪ੍ਰੈਸ ਕਲੱਬ ਦੇ ਨੁਮਾਇੰਦੇ ਬਾਹਰ ਆਏ ਪ੍ਰੈਸ ਕਲੱਬ ਦੇ ਮੈਂਬਰ ਬਾਹਰ ਆਏ ਪੰਜਾਬ ਦਾ মিডিਆ ਦੇ ਨੁਮਾਇੰਦੇ ਬਾਹਰ ਆਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪੱਤਰਕਾਰਾਂ ਨੂੰ ਰੋਕਣ ਵਾਲੇ ਕੌਣ ਹੋ ਨੇ ਤੁਸੀਂ ਜਾਂਚ ਕਰਦੇ ਹੋ ਤੁਸੀਂ ਉਹਦੀ ਇਹ ਜਾਂਚ ਕਰੋ ਉਹਦੇ ਕੋਲ ਕੁਝ ਫालतू ਜੀ ਤਾਂ ਨਹੀਂ ਤੁਸੀਂ ਇਹ ਕਿਵੇਂ ਕਹਿ ਦੋਗੇ ਅੰਦਰ ਨਹੀਂ ਜਾ ਸਕਦੇ ਸੋ ਇਸ ਢੰਗ ਨਾਲ ਪੁਲਿਸ ਦਾ ਕੱਲ ਵਰਤਾਰਾ ਸੀ ਉਹ ਕਿਹਦੀ ਸ਼ੈ ਤੇ ਸੀ ਸੋ ਜਿਨ੍ਹਾਂ ਦੀ ਸ਼ਹਿਤੇ ਕਰਨਾਲ ਕਾਂਡਾ ਹੈ ਉਹਨਾਂ ਦੀ ਸ਼ਹਿਤੇ ਕੱਲ ਚੰਡੀਗੜ੍ਹ ਦੇ ਵਿੱਚ ਐਨੇ ਵੈਰੀਗੇਟ ਲੱਗੇ ਸੋ ਜੇ ਪੁਲਿਸ ਨੂੰ ਲੱਗਦਾ ਹੈ ਕਿ ਹਾਂ ਜਾਂ ਪ੍ਰਸ਼ਾਸਨ ਨੂੰ ਲੱਗਦਾ ਹੈ ਜਾਂ ਸਰਕਾਰ ਨੂੰ ਲੱਗਦਾ ਹੈ ਕਿ ਅਧਿਕਾਰ ਹੈ ਉਹਨਾਂ ਨੂੰ ਤਾਂ ਉਹਨਾਂ ਨੂੰ ਕਹਿੰਦੇ ਕਿ ਪਾਈ ਕੋਈ ਇੱਟ ਪੱਥਰ ਨਹੀਂ ਮਾਰਨਾ ਇੱਥੇ ਖੜੋ ਲੈਣ ਦੇ ਵਿੱਚ ਖੜੋ ਦਿਖਾ ਲੋ ਝੰਡੀਆਂ ਸਾਈਡ ਤੇ ਵਿਦੇਸ਼ਾਂ ਚ ਅਸੀਂ ਦੇਖਦੇ ਹਾਂ ਸੋ ਕਿਸਾਨ ਜਿਹੜੇ ਚੌਂਕਾਂ 'ਚ ਖੜੇ ਨੇ ਚੰਡੀਗੜ੍ਹ ਦੇ ਚੌਂਕ 'ਚ ਖੜੇ ਨੇ ਦਿੱਲੀ ਬੈਠੇ ਨੇ ਜਿੰਨੀ ਗਿਣਤੀ 'ਚ ਕਿਸਾਨ ਦਿੱਲੀ ਬੈਠੇ ਨੇ ਇੱਥੇ ਤਾਂ ਰੋਜ਼ ਚੌਂਕਾਂ 'ਚ ਖੜਦੇ ਨੇ ਰੋਜ਼ ਮੰਤਰੀ ਸੰਤਰੀ ਲੰਘਦੇ ਨੇ ਫਿਰ ਤਾਂ ਇੱ ਜਦੋਂ ਕਿਸਾਨ ਆਪਣੇ ਸਵਾਲ ਦਾ ਜਵਾਬ ਪੁੱਛਦੇ ਨੇ ਉਹ ਜਵਾਬ ਤਾਂ ਤੁਸੀਂ ਭਜਦੇ ਹੋ ਘੇਰਾਬੰਦੀ ਹੌਸਲੀ ਹੁੰਦੀ ਹੈ ਕਿ ਜਵਾਬ ਦਿਓ ਜਵਾਬ ਇਹਨਾਂ ਕੋਲ ਹੈ ਨਹੀਂ ਤੇ ਇਹਨਾਂ ਕੋਲ ਡਾਂਗ ਹੈ ਉਹ ਡਾਂਗ ਭਰਾਈ ਜਾ ਰਹੀ ਹੈ ਇਸ ਲਈ ਮੈਨੂੰ ਲੱਗ ਰਿਹਾ ਕਿ ਕੱਲ ਮਨੋਰ لال ਖੱਟਰ ਉਹ ਜਵਾਬ ਤਾਂ ਦੇ ਨਹੀਂ ਸਕੇ ਜਿਹੜੇ ਕਿਸਾਨਾਂ ਨੇ ਪੁੱਛੇ ਸੀ ਉਲਟਾ ਪੰਜਾਬ ਸਰਕਾਰ ਤੇ ਸਵਾਲ ਖੜੇ ਕਰ ਰਹੀ ਸੀ ਪੰਜਾਬ ਸਰਕਾਰ ਤੇ ਮਨੋਰ لال ਖੱਟਰ ਜੀ ਕਹਿੰਦੇ ਨੇ ਕਿ ਕੈਪਟਨ ਨਰਮਿੰਦਰ ਦੀ ਸ਼ਹਾਦਤ ਹੋ ਰਿਹਾ ਇਹ ਤਾਂ ਜੀ ਕਾਂਗਰਸੀ ਸ਼ਹਾਦਤ ਹੋ ਰਿਹਾ ਇਹ ਲੱਡੂ ਖੜਾਉਣ ਰਾਜੇ ਵਾਲਾ ਦੀ ਫੋਟੋ ਦਾ ਜ਼ਿਕਰ ਕੀਤਾ ਤਸਵੀਰ ਦਾ ਲੱਡੂ ਖਾਣ ਕਮਤਾਜੀ ਪਹਿਲਾ ਤਾਂ ਮੈਂ ਖੱਟਰ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਖੱਟਰ ਸਾਹਿਬ ਡਿਸਾਈਡ ਕਰੋ ਤੈ ਤਾਂ ਕਰ ਲੋ ਇੱਕ ਬੋਲੀ ਦਾ ਬੋਲੋ ਕਦੇ ਤਾਂ ਇਹ ਕਾਂਗਰਸ ਦੀ ਸ਼ਹਿਦ ਅੰਦੋਲਨ ਹੋ ਜਾਂਦਾ ਹੈ ਕਦੇ ਇਹ ਖੱਬੀਆਂ ਧਿਰਾਂ ਦੇ ਕਾਮਰੇਡਾਂ ਦੇ ਪੱਖੀ ਦਾ ਅੰਦੋਲਨ ਹੋ ਜਾਂਦਾ ਕਦੇ ਇਹ ਜਿਹੜੇ ਮਾਊਵਾਦੀ ਨੇ ਉਹਨਾਂ ਦਾ ਅੰਦੋਲਨ ਹੋ ਜਾਂਦਾ ਕਦੇ ਇਹ ਖਾਲਸਤਾਨੀ ਪੱਖੀ ਅੰਦੋਲਨ ਹੋ ਜਾਂਦਾ ਕਦੇ ਆਈਐਸਆਈ ਤੋਂ ਵੀ ਤੁਹਾਨੂੰ ਖਤਰਾ ਲੱਗਦਾ ਕਿ ਉਹਨਾਂ ਦਾ ਮਤਲਬ ਅੰਦੋਲਨ ਹੈ ਕੀ ਦਾ ਇਹ ਤਾਂ ਦੱਸ ਦੇਣੇ ਜੇਕਰ ਇਹਨਾਂ ਨੂੰ ਹੁਣ ਤੱਕ ਇਹੀ ਕਲੀਅਰ ਨਹੀਂ ਕਿ ਅੰਦੋਲਨ ਕੀ ਦਾ ਹੈ ਤੇ ਤੁਸੀਂ ਮੈਂ ਇੱਕ ਬਹੁਤ ਦੇਰ ਪਹਿਲਾਂ ਦੀ ਗੱਲ ਆ ਜਦੋਂ ਉਹ ਅੰਦੋਲਨ ਦਿੱਲੀ ਨੂੰ ਤੁਰਿਆ ਸੀ ਤਦ ਹਰਿਆਣਾ ਦੇ ਸਾਰੇ ਬੀਜੇਪੀ ਦੇ ਲੀਡਰਾਂ ਦੀ ਸਣੇ ਕੇਂਦਰ ਦੀ ਕਬੂਲੀ ਆਉਂਦੀ ਸੀ ਕਿ ਜੀ ਇਹ ਚ ਹਰਿਆਣਾ ਤਾਂ ਹੈ ਹੀ ਨਹੀਂਗਾ ਵਿਜ਼ਨ ਪੰਜਾਬ ਦੀਆਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਦੀਆਂ ਵੀਡੀਓ ਕੱਟ ਕੇ ਦੇਖੋ ਤੁਹਾਨੂੰ ਉੱਥੇ ਹਰਿਆਣਾ ਸਭ ਤੋਂ ਮੁਰਲੀ ਕਤਾਰ 'ਚ ਬੈਠਾ ਨਿਤ ਨਜ਼ਰ ਆਇਆ ਜਿਨੇਦਰ ਦਿੱਲੀ ਅੰਦੋਲਨ ਚੱਲਿਆ ਅਸੀਂ ਉਹ ਸਾਰੇ ਉਹਨਾਂ ਦੀਆਂ ਟਰੈਲੀਆਂ ਉਹਨਾਂ ਦੇ ਟੈਂਟ ਉਹਨਾਂ ਦੇ ਲੰਗਰ ਉਹਨਾਂ ਦੀ ਲੱਸੀ ਉਹਨਾਂ ਦਾ ਦੁੱਧ ਹੈ ਉਹਨਾਂ ਦੇ ਹੁੱਕੇ ਤੱਕ ਦਿਖਾਇਆ ਸੀ ਕਿਆ ਲੋਹਾ ਬੈਠੇ ਨੇ ਸੋ ਹਰਿਆਣਾ ਜਿਹੜਾ ਮਨੋਲਾ ਖੱਟਰ ਜੂ ਨਜ਼ਰ ਆਉਂਦਾ ਮੈਂ ਤਦ ਵੀ ਕਿਹਾ ਸੀ ਕਿ ਕੌਮਤਾ ਜੀ ਮਤਲਬ ਕਿ ਇੱਕ ਕੈਂਪ ਲਵਾਓ ਜਿਹਦੇ ਵਿੱਚ ਭਾਜਪੀ ਲੀਡਰਾਂ ਦੀਆਂ ਅੱਖਾਂ ਚੈੱਕ ਕਰਾਈਆਂ ਜਾਂ ਉਹਨਾਂ ਦੇ ਐਨਕਾਂ ਦੇ ਨੰਬਰ ਨਵੇਂ ਲਵਾਏ ਜਾਣ ਖਾਸ ਕਰ ਖੱਟਰ ਸਾਹਿਬ ਨੂੰ ਮੇ ਲੱਗਦਾ ਐਨਕ ਬਦਲਣ ਦੀ ਲੋੜ ਆ ਤਾਂ ਕਿ ਉਹ ਐਨਕ ਚ ਉਹਨਾਂ ਨੂੰ ਨਜ਼ਰ ਆਵੇ ਹਰਿਆਣਾ ਜੀ ਇੱਕ ਪਾਸੇ ਦਾ ਮਨੋਲਾ ਖੱਟਰ ਕਹਿੰਦੇ ਕਿ ਭਏ 85% ਪੰਜਾਬ ਬੈਠਾ ਸਾਰਾ ਪੰਜਾਬ ਬੈਠਾ ਹਰਿਆਣਾ ਹੈ ਨਹੀਂ ਦੂਏ ਪਾਸੇ ਜੇ ਹਰਿਆਣਾ ਹੈ ਨਹੀਂ ਤਾਂ ਫਿਰ ਡਾਂਗਾ ਕਿਨਾਂ ਦੇ ਡਾਂਗਾ ਨਿਤ ਕਿਨਾਂ ਦੇ ਵੜਾਉਨੇ ਤੁਸੀਂ ਜਿਨ੍ਹਾਂ ਨੂੰ ਟੋਲ ਪਲਾਜ਼ਾਂ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਕਰਨਾਲ 'ਚ ਜਿਹੜੇ ਕਿਸਾਨ ਦੀ ਮੌਤ ਹੋਈ ਉਹ ਕੌਣ ਹੈ ਬਿਲਕੁਲ ਜਿਹੜੇ ਕਿਸਾਨ ਲਹੂ ਲਹਾਨ ਹੋਏ ਉਹ ਕਿਸ ਸੂਬੇ ਦੇ ਵਾਸੀ ਨੇ ਉਹ ਕਿਸ ਕਿਸ ਖੇਤ ਚੋਂ ਪੈਦਾ ਕਰਕੇ ਕਿਹੜੇ ਸੂਬੇ ਨੂੰ ਅਨਾਜ ਦਿੰਦੇ ਨੇ ਮਰੂਲ ਕਟਰ ਜਵਾਬ ਦੇਣ ਸੋ ਜਾਂ ਤਾਂ ਕਹਿ ਦੇਣ ਕਿ ਸਾਡੇ ਨਹੀਂਗੇ ਹਰਿਆਣਾ ਹਰਿਆਣੇ ਚਾਹੀਦਨ ਪ੍ਰਦਰਸ਼ਨ ਹੁੰਦੇ ਨੇ ਰੋਜ਼ ਨਿਤ ਪ੍ਰਦਰਸ਼ਨ ਤੇ ਨਿਤ ਹਰਿਆਣਾ ਮੂਰੇ ਬੈਠਾ ਸਾਰੇ ਅੰਦੋਲਨ ਨੂੰ ਚਲਾਉਣ ਦੇ ਲਈ ਵੱਡੀ ਭੂਮਿਕਾ ਹਰਿਆਣਾ ਪੰਜਾਬ ਦੇ ਬਰਾਬਰ ਹੋ ਕੇ ਨਵਾਰੇ ਇਹ ਗੱਲ ਠੀਕ ਹੈ ਕਿ ਪੰਜਾਬ ਨੇ ਅਗਵਾਈ ਕੀਤੀ ਪੰਜਾਬ ਨੇ ਸ਼ੁਰੂਆਤ ਕੀਤੀ ਪੰਜਾਬ ਉਸੇ ਤਰ੍ਹਾਂ ਇੱਕ ਤਾਨ ਕੇ ਖੜਾ ਗਿਣਤੀ 'ਚ ਵੱਧ ਹੋ ਸਕਦਾ ਬਰਾਬਰਤਾ 'ਚ ਤਾਂ ਸਾਰੇ ਸੂਬੇ ਨਾਲ ਲੜ ਰਹੇ ਨੇ ਸੋ ਇਸ ਲਈ ਖੱਟਰ ਸਾਹਿਬ ਤੁਸੀਂ ਆਪਣਾ ਵੀ ਆਪਣੇ ਮੰਤਰੀਆਂ ਸੰਤਰੀਆਂ ਦਾ ਵੀ ਜੇ ਹੋ ਸਕੇ ਕੇਂਦਰ ਵਾਲਿਆਂ ਦਾ ਵੀ ਜੇ ਕੌਂ ਦਾ ਪ੍ਰੈਸ ਕਲੱਬ 'ਚ ਇੱਕ ਕੈਂਪ ਲਵਾ ਦਿੰਦੇ ਆ ਅੱਖਾਂ ਦਾ ਜਾਂਚ ਕੈਂਪ ਉਹ ਹੋਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਪਹਿਚਾਣ ਮਤਲਬ ਕਿ ਤੁਸੀਂ ਬੋਲੀ ਕਿਉਂ ਦਾ ਏਸ ਗੱਲ ਤੋਂ ਕਿਉਂ ਮਨੁਕਰ ਹੋ ਰਹੇ ਹੋ ਕਿ ਹਾਂ ਸਾਡੇ ਸੂਬੇ ਦੇ ਲੋਕ ਨਹੀਂ ਹੈਗੇ ਤੁਸੀਂ ਕਹੋ ਨਾ ਕਿ ਮੇਰਾ ਕਿਸਾਨ ਜੇ ਹੈਗਾ ਦਿੱਕਤ 'ਚ ਮੈਂ ਗੱਲ ਕਰਾਂਗਾ ਤੁਸੀਂ ਸੂਬੇ ਦੇ ਮੁਖੀ ਹੋ ਤੁਹਾਡਾ ਫਰਜ ਬਣਦਾ ਹੈ ਇਹੀ ਨਹੀਂ ਕੌਮਤਾ ਜੀ ਇਹਨਾਂ ਨੇ ਕੱਲ ਗਿਣਤੀ ਗਣਾਈ ਜੀ ਕਿ ਕੈਪਟਨ ਅਮਰਿੰਦਰ ਦੇ ਰਾਜ ਦੇ ਵਿੱਚ ਕਿਸਾਨ ਖੁਸ਼ ਨਹੀਂਗਾ ਉਹ ਲੱਡੂ ਖਾਣ ਨਾਲ ਡਰਾਮਾ ਸੀਗਾ ਕਿ ਇਹਦੇ ਪਿੱਛੇ ਤਾਂ ਕਿਉਂਕਿ ਹੈ ਹੀ ਕਾਂਗਰਸ ਆ ਸਾਡਾ ਕਿਸਾਨ ਖੁਸ਼ ਆ ਜਦੋਂ ਨਾ ਟਵੀਟ ਵਾਰ ਸ਼ੁਰੂ ਹੋਇਆ 7-8 ਟਵੀਟ ਆਏ ਖੱਟਰ ਸਾਹਿਬ ਦੇ ਕੈਪਟਨ ਦੇ ਟਵੀਟ ਤੋਂ ਬਾਅਦ ਉਹਦੇ ਵਿਚਰਨ ਲਿਖਿਆ ਕਿ ਲਓ ਜੀ ਅਸੀਂ ਗੰਨੇ ਦਾ ਭਾਅ ਇੰਨੇ ਸਾਲਾਂ ਤੋਂ ਵਧ ਦਿੰਨੇ ਆ ਪੰਜਾਬ ਨਾਲੋਂ ਅਸੀਂ 5000 ਰੁਪਏ ਪਰ 1 ਕੜਾ ਦਿੰਨੇ ਆ ਜੇ ਮਤਲਬ ਕਿ ਕਿਸਾਨ ਅਸੀਂ 10% ਐਮਐਸਪੀ ਦੇ ਚੱਕਦੇ ਆ ਹੈ ਅਸੀਂ ਝੋਨਾ ਨਾਲ ਬੀਜਣ ਦੇ ਕਿਸਾਨ ਨੂੰ ਆ ਫਾਇਦਾ ਦਿੰਨੇ ਆ ਸਾਰੀਆਂ ਗਣਾਈਆਂ ਕਿ ਮੇਰੇ ਸੂਬੇ ਦਾ ਕਿਸਾਨ ਖੁਸ਼ਹਾਲ ਤੇ ਜੇ ਤੁਹਾਡੇ ਸੂਬੇ ਦਾ ਕਿਸਾਨ ਖੁਸ਼ਹਾਲ ਫਿਰ ਆ ਧਰਨੇ ਕਿਉਂ ਨੇ ਤੇ ਜੇ ਤੁਸੀਂ ਇੰਨੀਆਂ ਸਹੂਲਤਾਂ ਦੇ ਰਹੇ ਹੋ ਫਿਰ ਕਿਸਾਨ ਨੂੰ ਸੜਕਾਂ ਦੇ ਕਿਉਂ ਹੋਣਾ ਪਿਆ ਦੂਜੀ ਗੱਲ ਜੇਕਰ ਇਹਨਾਂ ਨੂੰ ਇਹ ਲੱਗਦਾ ਖਟਰੋਰਾ ਨੂੰ ਭਾਜਪੀ ਨੂੰ ਕੇਂਦਰ ਨੂੰ ਖੇਤੀਬਾੜੀ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਕਿ ਕਿਤੇ ਇਹ ਕਿਸਾਨ ਅੰਦੋਲਨ ਦਾ ਫਾਇਦਾ ਕਾਂਗਰਸ ਨਾ ਲੈ ਜਵੇ ਤਾਂ ਮੈਂ ਕਿਸੇ ਨੂੰ ਨਹੀਂ ਦੱਸਦਾ ਮੈਂ ਖੱਟਰ ਸਾਹਿਬ ਦੇ ਕੰਨ ਚ ਦੱਸ ਦਿੰਦਾ ਕਿ ਖੱਟਰ ਸਾਹਿਬ ਇਹ ਕਿਸਾਨ ਤੁਸੀਂ ਲੈ ਲਓ ਫਾਇਦਾ ਫਿਰ ਤੁਸੀਂ ਚੱਲ ਜਾਓ ਦਿੱਲੀ ਨੂੰ ਸਭ ਤੋਂ ਮੂਰੇ ਕਿ ਮੈਂ ਬਿੱਲ ਵਾਪਸ ਕਰਾ ਕੇ ਆਉਣਾ ਮਾੜਾ ਜਿਹਾ ਬਿੱਲੇ ਵਾਪਸ ਕਰਾਉਣਿਆ ਟੋਡੇ ਕਹਦੇ ਸ਼ਾਇਦ ਕਰ ਦੇਣਗੇ ਕਿਉਂਕਿ ਤੁਸੀਂ ਉਹਨਾਂ ਦੇ ਕਹੇ ਤੇ ਕਿੰਨੀਆਂ ਡਾਂਗਾ ਭਰਾਈਆਂ ਕਿੰਨੇ ਟੋਏ ਪੱਟੇ ਕਿੰਨੀਆਂ ਪਾਣੀ ਦੀਆਂ ਬਿਛਾੜਾਂ ਕੀਤੀਆਂ ਕਿੰਨੀਆਂ ਤਾਰਾਂ ਲਾਈਆਂ ਕਿੰਨਾ ਪੁਲਿਸ ਨੂੰ ਤਸ਼ੱਦਦ ਆਇਆ ਕਿ ਸ਼ਾਇਦ ਤੁਹਾਡੇ ਕਹੇ ਤੇ ਉਹ ਵੀ ਸੁਣ ਲੈਣ ਤੁਸੀਂ ਉਹਨਾਂ ਦੀ ਇੰਨੀ ਸੁਣਦੇ ਹੋ ਸੋ ਇਸ ਲਈ ਚੰਗਾ ਹੋਵੇ ਕਿ ਤੁਸੀਂ ਬਿੱਲ ਵਾਪਸ ਕਰਾ ਕੇ ਕਿਸਾਨਾਂ ਨੂੰ ਤੁਸੀਂ ਕਹਿ ਦਿਓ ਕਿ ਭਾਈ ਸਾਨੂੰ ਵੀ ਲੱਡੂ ਖਿਲਾ ਦਿਓ ਜਿਹੜੇ ਕਿਸਾਨ ਗੰਨੇ ਦਾ ਭਾਅ ਵਧਣ ਤੇ ਐਨੇ ਚਾ ਚਾ ਕੇ ਕਾਂਗਰਸੀ ਲੀਡਰ ਦਾ ਮੂੰਹ ਮਿੱਠਾ ਕਰਾ ਸਕਦੇ ਨੇ ਉਹ ਤਾਂ ਤੁਹਾਡਾ ਵੀ ਮੂੰਹ ਮਿੱਠਾ ਕਰਾ ਦੇਣ ਬਿਲਕੁਲ ਸੋ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਹਿ ਸੀਗਾ ਦਾ ਮੈਂ ਵੀ ਮੂੰਹ ਮ ਕੱਲ ਪਟਿਆਲੇ ਦੇ ਵਿੱਚ ਬੇਰੁਜ਼ਗਾਰ ਟੀਚਰਾਂ ਦੇ ਉੱਤੇ ਕੁੜੀਆਂ ਤੱਕ ਦੇ ਉੱਤੇ ਤਸ਼ੱਦਦ ਆਇਆ ਗਿਆ ਸੋ ਇਸ ਲਈ ਆਪਣੀ ਤਰ ਕਿਸੇ ਨੂੰ ਨਹੀਂ ਦਿਖ ਰਹੀ ਦੂਈ ਤਰ ਦੀਆਂ ਨਕਾਮੀਆਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੋ ਮਨੋਹਰਾਲ ਖੱਟਰ ਹੋਰਾ ਨੇ ਸਿਰਫ ਤੇ ਸਿਰਫ ਕੇਂਦਰ ਦੀ ਬੋਲੀ ਸੁਣੀਆ ਆਪਣੇ ਸੂਬੇ ਦੀ ਆਪਣੇ ਕਿਸਾਨਾਂ ਦੀ ਆਪਣੇ ਵਾਸੀਆਂ ਦੀ ਬੋਲੀ ਨਹੀਂ ਸੁਣ ਰਹੇ ਜੇ ਉਹਨਾਂ ਲੋਕਾਂ ਦੀ ਬੋਲੀ ਸੁਣਦੇ ਹਣ ਤਾਂ ਪਹਿਲਾਂ ਹੋ ਕੇ ਮੁਰੇ ਜਾ ਕੇ ਜਾਣ ਜੇ ਕਿਸਾਨ ਨੂੰ ਖੁਸ਼ਹਾਲ ਕਰਨਾ ਚਾਹੁੰਦੇ ਨੇ ਤਾਂ ਉਹ ਉਹਨਾਂ ਦੀ ਗੱਲ ਸੁਣਨ ਉਹਨਾਂ ਦੀ ਮਾਂ ਫੜਨ ਨਾ ਕਿ ਇਹ ਹੋਵੇ ਕਿ ਪਗਲ ਸਿੰਘ ਉਸ ਸਮੇਂ ਵੀ ਅੰਗਰੇਜ਼ਾਂ ਦੀ ਡਾਂਗਾ ਖਾਂਦਾ ਸੀ ਤੇ ਪਗਲ ਸਿੰਘ ਹੁਣ ਵੀ ਡਾਂਗਾ ਖਾਂਦਾ ਉਹਦੇ ਛਾਤੀ ਦੇ ਉੱਤੇ ਉਹ ਲੋਗੋ ਲੱਗਿਆ ਕਿਸਾਨ ਦੇ ਉੱਤੇ ਔਰ ਸਾਰਾ ਸਰੀਰ ਲਹੂ ਨਾਲ ਲਹੂ ਲਾਨ ਤੇ ਉੱਥੇ ਪਗਲ ਸਿੰਘ ਕੀ ਸੋਚਦਾ ਹੋਵੇਗਾ ਕਿ ਅੱਜ ਵੀ ਉਹੀ ਲਹੂ ਡੁੱਲੇ ਜਾ ਰਹੇ ਮੇਰੇ ਦੇਸ਼ਵਾਸੀਆਂ ਦਾ ਤੇ ਆਪਣੀਆਂ ਸਰਕਾਰਾਂ ਜਿਹੜੀਆਂ ਅਸੀਂ ਆਜ਼ਾਦ ਕਰਾ ਕੇ ਬਣਵਾਈਆਂ ਸੋ ਇਸ ਲਈ ਸ਼ਰਮ ਆਉਣੀ ਚਾਹੀਦੀਆਂ ਇਆਂ ਸਰਕਾਰਾਂ ਨੂੰ ਕਮਤਾ ਜੀ ਜਿਹੜੇ ਆਪਣੇ ਨਾਗਰਿਕਾਂ ਦੀ ਗੱਲ ਨਹੀਂ ਸੁਣਦੇ ਤੇ ਇস্তਿਹਾਰ ਦਿੰਦੇ ਨੇ ਕਿ ਅਸੀਂ ਖੁਸ਼ਹਾਲ ਕਰਤਾ